ਲੁਧਿਆਣਾ ਦੇ ਦੇਤਵਲ ਪਿੰਡ ਦੇ ਵਿੱਚ ਸਰਪੰਚੀ ਚੋਣਾਂ ਨੂੰ ਲੈ ਕੇ ਜਿਹੜੀ ਕਿ ਚੋਣ ਹੋਈ ਸੀ ਜਿਹੜੇ ਨਤੀਜੇ ਨਿਕਲ ਗਏ ਸਾਹਮਣੇ ਆਏ ਨੇ ਜਸਵੀਰ ਕੌਰ ਜਿਹੜੀ ਕਿ ਜੇਤੂ ਸਰਪੰਚ ਬਣੀ ਆ ਗੱਲਬਾਤ ਕਰਾਂਗੇ ਹਾਂਜੀ ਮੈਮ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਸਰਪੰਚ ਬਣੇ ਹੋ ਕੀ ਕਹਿਣਾ ਚਾਹੁੰਦੇ ਹੋ ਸਰਪੰਚ ਬਸ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਬਸ ਪਿੰਡ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਵਾ ਪਿੰਡ ਲਈ ਜਿੰਨੇ ਵੀ ਵਿਕਾਸ ਦੇ ਕਾਰਜ ਹੋਣਗੇ ਵੱਧ ਤੋਂ ਵੱਧ ਕਰਾਂਗੇ ਜੀ ਮੈਮ ਤੁਸੀਂ ਮਹਿਲਾ ਸਰਪੰਚ ਤੁਸੀਂ ਬਣੇ ਹੋ ਮਹਿਲਾ ਵਾਸਤੇ ਪਿੰਡ ਦੇ ਜਿਹੜੀ ਮਹਿਲਾ ਨੇ ਉਹਨਾਂ ਵਾਸਤੇ ਕੀ ਕੁਝ ਦੀ ਸੋਚ ਕੇ ਅੱਗੇ ਆਏ ਹੋ ਕੀ ਕੁਝ ਕਰਨਾ ਚਾਹੋਗੇ ਉਹਨਾਂ ਲਈ ਸਭ ਤੋਂ ਪਹਿਲਾਂ ਜਿਵੇਂ ਕੁੜੀਆਂ ਤੇ ਅੱਜ ਕੱਲ ਅਤਿਆਚਾਰ ਹੋ ਰਿਹਾ ਵਾ ਵਿਆਹੀਆਂ ਜਾਂਦੀਆਂ ਨੇ ਉਹਨਾਂ ਦੇ ਮਤਲਬ ਇਨ ਲਾਸ ਉਹਨਾਂ ਨੂੰ ਨਹੀਂ ਅਲਾਉ ਕਰਦੇ ਕੁਝ ਵੀ ਉਸ ਤਰ੍ਹਾਂ ਦੇ ਦੇਖਾਂਗੇ ਵੀ ਬੱਚਿਆਂ ਨੂੰ ਉਸ ਤਰ੍ਹਾਂ ਸਿਖਲਾਈ ਦਿੱਤੀ ਜਾਵੇ ਜਾਂ ਕੀਤਾ ਜਾਵੇ ਬੱਚਿਆਂ ਮੈਂ ਪਿੰਡ ਦੇ ਵਿੱਚ ਵਿਆਹ ਵਰਗਾ ਮਾਹੌਲ ਚੱਲ ਰਿਹਾ ਬਾਹਰ ਭੰਗੜੇ ਪੈ ਰਹੇ ਨੇ ਢੋਲ ਵੱਜ ਰਿਹਾ ਵਾ ਪਟਾਕੇ ਚਲਾਏ ਜਾ ਰਹੇ ਨੇ ਪਿੰਡ ਵਾਸੀਆਂ ਦਾ ਕਿੱਦਾਂ ਰਿਹਾ ਤੁਹਾਡਾ ਸਹਿਯੋਗ ਸੀ ਜਦੋਂ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰੇ ਨਹੀਂ ਸਾਰੇ ਪਿੰਡ ਨੇ ਸਾਨੂੰ ਬਹੁਤ ਸਮਰਥਨ ਦਿੱਤਾ ਸ਼ੁਰੂ ਤੋਂ ਹੀ ਅਸੀਂ ਸਮਰਥਨ ਦੇ ਨਾਲ ਚੱਲਿਆ ਪਰ ਪਿੰਡ ਵਾਸੀਆਂ ਨੇ ਸਾਡਾ ਪਹਿਲਾਂ ਤੋਂ ਹੀ ਸਾਥ ਦਿੱਤਾ ਵਾ ਤਾਂ ਹੀ ਇੱਥੇ ਤੱਕ ਪਹੁੰਚੇ ਆ ਅੱਛਾ ਮੇਨ ਤੁਹਾਡੇ ਜਿਹੜੇ ਪਿੰਡ ਦੀ ਗੱਲ ਕਰੀਏ ਵਿਕਾਸ ਦੇ ਕਿਹੜੇ ਮੇਨ ਕੰਮ ਸੀਗੇ ਰਹਿੰਦੇ ਤੇ ਜਿਹੜੇ ਕਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਜਿਹੜੇ ਕਰੋਗੇ ਤਾਂ ਕਿ ਲੋਕਾਂ ਨੂੰ ਜਿਹੜੀ ਸਰਪੰਚ ਬਣਨ ਤੋਂ ਬਾਅਦ ਜਸਵੀਰ ਕੌਰ ਸਰਪੰਚ ਬਣੇ ਨੇ ਲੋਕਾਂ ਨੂੰ ਜਿਹੜੀ ਕਿ ਸਹੂਲਤ ਮਿਲੂ ਦੇਖੋ ਜੀ ਕੰਮ ਤਾਂ ਸਾਰੇ ਪਿੰਡ ਨੇ ਹੀ ਕਰਨੇ ਆ ਇੱਕ ਜਾਣੇ ਦਾ ਕਿ ਜੋ ਜਿਸ ਦਾ ਕੰਮ ਹੋਵੇਗਾ ਉਸ ਦੇ ਆਧਾਰ ਤੇ ਫੈਸਲੇ ਕਰਾਂਗੇ ਵੀ ਕਿਹੜਾ ਕਰਨਾ ਅੱਛਾ ਮੈਮ ਜੇ ਗੱਲ ਕਰੀਏ ਕਹਿੰਦੇ ਨਸ਼ਿਆਂ ਦਾ ਵੀ ਇੱਥੇ ਕਾਫੀ ਜਿਹੜਾ ਮੁੱਦਾ ਸੀਗਾ ਰਿਹਾ ਤੇ ਉਹਨੂੰ ਕਿਦਾਂ ਹੁਣ ਗੱਲਬਾਤ ਕੀਤੀ ਜਾਊਗੀ ਸਰਕਾਰਾਂ ਨਾਲ ਮਿਲ ਕੇ ਕਿਦਾਂ ਉਹਨੂੰ ਹੱਲ ਪਾਈ ਜਾਏਗਾ देखो जी मैं वैसे बच्चों नू ज्यादातर सिखी लाइन च लेके आना चाहिए जो बच्चे सिखी लाइन च हो जाते हैं तो नशियां तो अपने आप ही परे होना हो जाते हैं इस तरह के बच्चों लिए जिम्मे पगां के मुकाबले हो गए गत्तके के मुकाबले हो गए उस तरह करांगे गल करिए जेकर नौजवानों की गल करिए रोजगार कितना है क्योंकि कहा जा रहा है पिंड जो नौजवान ज्यादातर बाहर चले जाते हैं रोजगार को लेकर कि पिंड के जो मुंडिया नौजवानों कि मतलब उन्होंने गलबात करोगे कि जो इतने ही सारे उन्होंने काम मिलना ਬੱਚਿਆਂ ਲਈ ਜੀ ਰੋਜ਼ਗਾਰ ਦੇ ਕੁਝ ਤਰੀਕੇ ਕਰਾਂਗੇ ਉਹਨਾਂ ਦੀ ਸਕੀਮਾਂ ਨਾਲ ਚੱਲਾਂਗੇ ਜਿਵੇਂ ਉਹ ਚਾਹੁੰਦੇ ਉਸ ਤਰ੍ਹਾਂ ਜੋ ਸਾਡੇ ਲਈ ਬੈਨੀਫਿਟ ਹੋ ਉਹਨਾਂ ਲਈ ਉਹ ਕਰਾਂਗੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਜਸਵੀਰ ਕੌਰ ਸਰਪੰਚ ਬਣੇ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਜੀ ਮੈਂ ਤਾਂ ਪਹਿਲਾਂ ਵੀ ਐਮਐਲਏ ਨਾਲ ਦੇ ਮੈਂ ਦੱਸ ਕੇ ਹਟਿਆ ਵੀ ਬੀਬੀ ਬਣੀ ਆ ਐਸਸੀ ਹੋਇਆ ਸਾਡਾ ਪਿੰਡ ਉਹਦੇ ਵਿੱਚ ਸਾਡੀ ਐਸਸੀ ਲੇਡੀ ਹੋਈ ਆ ਉਹਦੇ ਵਿੱਚ ਸਾਡੀ ਬੀਬੀ ਆ ਜਿਹੜੀ ਜਸਵੀਰ ਕੌਰ ਸਰਪੰਚ ਬਣੇ ਨੇ ਬੜੀ ਬਹੁਮਤ ਨਾਲ ਜਿੱਤੇ ਨੇ ਮੈਂ ਸਾਰੇ ਪਿੰਡ ਨਿਵਾਸੀਆਂ ਨੂੰ ਸਾਰੇ ਸਰਪੰਚ ਵਾਲੀਓ ਸਾਰੇ ਮੈਂਬਰ ਪੰਚਾਇਤ ਵਾਲੀਓ ਸਾਰੇ ਨਗਰ ਵਾਲੀਓ ਮੈਂ ਵਿਸ਼ਵਾਸ ਦਵਾਉਂਦਾ ਵੀ ਕਿਸੇ ਨੇ ਵੋਟ ਪਾਈ ਆ ਚਾਹੇ ਨਹੀਂ ਪਾਈ ਅਸੀਂ ਸਾਰਿਆਂ ਨਾਲ ਲੈ ਕੇ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰਾਂਗੇ ਜੋ ਵੀ ਕੰਮ ਦੂਰੇ ਪੈਣੇ ਅਸੀਂ ਕਰਾਂਗੇ ਜੋ ਨਸ਼ੇ ਦੀ ਤੁਸੀਂ ਗੱਲ ਕੀਤੀ ਆ ਪਹਿਲ ਦੇ ਆਧਾਰ ਤੇ ਅਸੀਂ ਨਸ਼ਾ ਸ਼ੁਰੂ ਕਰਨਾ ਵੀ ਪਿੰਡ ਦੇ ਵਿੱਚ ਨਸ਼ਾ ਬਹੁਤ ਚੱਲ ਰਿਹਾ ਉਹ ਅਸੀਂ ਨੌਜਵਾਨਾਂ ਨੂੰ ਅਸੀਂ ਸੁਧਾਰਾਂਗੇ ਬੇਨਤੀ ਕਰਾਂਗੇ ਜਿਸ ਤਰ੍ਹਾਂ ਵੀ ਹਟਾਊ ਅਸੀਂ ਨਸ਼ਾ ਬੰਦ ਕਰਾਂਗੇ ਤੇ ਮੈਮ ਇਹ ਕਿੰਨੇ ਵੋਟਾਂ ਦੇ ਨਾਲ ਤੁਸੀਂ ਜਿਹੜੀ ਜਿੱਤ ਪ੍ਰਾਪਤ ਕੀਤੀ ਆ 300 ਜੀ ਤਕਰੀਬਨ 300 296 ਅੱਛਾ ਮੈਮ ਜੇਕਰ ਗੱਲ ਕਰੀਏ ਮੁਕਾਬਲਾ ਕਿਦਾਂ ਦੇਖਦੇ ਸੀ ਕੀ ਦਾ ਫਸਵਾ ਮੁਕਾਬਲਾ ਸੀਗਾ ਜਾਂ ਕਿਉਂਕਿ ਪਿੰਡ ਜ਼ਿਆਦਾ ਪਿੰਡ ਦੀ ਗੱਲ ਕਰੀਏ ਕਿਦਾਂ ਦਾ ਮੁਕਾਬਲਾ ਰਿਹਾ ਬਰਾਬਰ ਸੀ ਜੀ ਪੂਰੀ ਪਿੰਡ ਜਿਹੜੇ ਵਾਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਮੈਂ ਕਿਹਾ ਬਹੁਤ ਖੁਸ਼ੀ ਹੈ ਇੱਕ ਪਰਮਾਤਮਾ ਵਧੀਆ ਇਨਸਾਨ ਚੁਣਿਆ ਸਰਪੰਚ ਲੇਡੀ ਸਾਡੇ ਸਾਡੀ ਭੈਣ ਬਹੁਤ ਵਧੀਆ ਹੋਇਆ ਇਹ ਕੰਮ ਜਿਹੜਾ ਹੋਇਆ ਵਾ ਤੇ ਇਹ ਜਿਹੜੇ ਹੁਣ ਪਿੰਡ 'ਚ ਇੱਕ ਤਾਂ ਸਾਰਿਆਂ ਤੋਂ ਵੱਡੀ ਗੱਲ ਇਹ ਵੀ ਪਿੰਡ 'ਚ ਸ਼ਾਂਤੀ ਆ ਗਈ ਤੇ ਕੰਮ ਜਿਹੜੇ ਆ ਉਹ ਪਹਿਲ ਦੇ ਆਧਾਰ ਤੇ ਹੋਣਗੇ ਪਿੰਡ ਦੇ ਵਿੱਚ ਕਹਿੰਦੇ ਬਾਹਰ ਵਿਆਹ ਵਾਲਾ ਮਾਹੌਲ ਆ ਪਟਾਕੇ ਚੱਲ ਰਹੇ ਸਾਰਾ ਕੁਝ ਵੀ ਐਂ ਜੇ ਪਿੰਡ ਵਿਆਹ ਵਾਲਾ ਮਾਹੌਲ ਆ ਕਿਉਂਕਿ ਪਿੰਡ ਸਾਰਾ ਇਕੱਠਾ ਹੋਇਆ ਇੱਕ ਤਰਫਾ ਜਿੱਤ ਹੋਈ ਆ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਬਹੁਤ ਵਧੀਆ ਇਹ ਕੰਮ ਹੋਇਆ ਯਾਨੀ ਬਹੁਤ ਜ਼ਿਆਦਾ ਖੁਸ਼ੀ ਆ ਪਰਮਾਤਮਾ ਨੇ ਇੰਨੀ ਮਿਹਰ ਕੀਤੀ ਆ ਪੁੱਛੋ ਹੀ ਨਾ ਤੁਸੀਂ ਜੀ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਦੇਤਵਾਲ ਪਿੰਡ ਦੀ ਦਿਖਾਈਆਂ ਸੀ ਜਿੱਥੇ ਕਿ ਸਰਪੰਚ ਜਸਵੀਰ ਕੌਰ ਨੂੰ ਚੁਣਿਆ ਗਿਆ ਤਸਵੀਰਾਂ ਤੁਹਾਨੂੰ ਬਾਹਰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਜਿਹੜਾ ਪਿੰਡ ਦੇ ਵਿੱਚ ਜਿਹੜਾ ਮਾਹੌਲ ਆ ਵਿਆਹ ਵਰਗਾ ਮਾਹੌਲ ਆ ਤਸਵੀਰਾਂ ਤੁਸੀਂ ਲਗਾਤਾਰ ਦੇਖਦੇ ਰਹੋ ਪਿੰਡ ਦੇਤਵਾਲ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਵਿਆਹ ਵਰਗਾ ਮਾਹੌਲ ਆ ਦੇਖੋ ਪਟਾਕੇ ਚਲਾਏ ਜਾ ਰਹੇ ਢੋਲ ਜਿਹੜੇ ਵੱਜ ਰਹੇ ਨੇ ਜਸਵੀਰ ਕੌਰ ਮਹਿਲਾ ਸਰਪੰਚ ਨੂੰ ਇੱਥੇ ਚੁਣਿਆ ਗਿਆ ਪਿੰਡ ਦੇਤਵਾਲ ਦੇ ਵਿੱਚ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਪਿੰਡ ਦੇ ਵਿੱਚ ਢੋਲ ਧਮਾਕੇ ਚੱਲ ਰਹੇ ਨੇ ਲੋਕ ਭੰਗੜਾ ਪਾ ਰਹੇ ਨੇ ਪਿੰਡ ਦੇਤਵਾਲ ਦੀ ਤਸਵੀਰਾਂ ਨੇ ਤੁਸੀਂ ਲਗਾਤਾਰ ਦੇਖ ਸਕਦੇ ਹੋ ਪਿੰਡ ਦੇਤਵਾਲ ਤਸਵੀਰਾਂ ਦੇਖਦੇ ਰਹੋ ਤੁਸੀਂ ਲਗਾਤਾਰ ਪਿੰਡ ਦੇਤਵਾਲ ਦੀਆਂ ਲਗਾਤਾਰ ਜਿਹੜੀਆਂ ਦੇਤਵਾਲ ਦੀਆਂ ਜਿੱਥੇ ਕਿ ਮਹਿਲਾ ਸਰਪੰਚ ਨੂੰ ਚੁਣਿਆ ਗਿਆ
काफ़ी जश्न मनाया जा रहा पिंड के लोगों वालों। सो असी पिंड देतवाल दे पहुंचे जिते कि महिला सरपंच जसबीर कौर जिहड़े चुने गए हैं और उन्होंने कहना कि इतने पिंड कि विकास जिहड़े रहिंदे ने अधूरे विकास पिंड दीआं जिहड़ीआं चाहे गलियां सड़कां जो भी है वह विकास करके जिहड़े लोगों नूं सहूलत दी जाएगी। लुधियाणा तो लखविंदर सिंह दैनिक सवेरा टीवी पिंड देतवाल। दैनिक सवेरा और फोक्सवैगन 18, 19 और 20 अक्टूबर नूं जलंधर दे गुरु गोबिंद सिंह स्टेडियम विच तुहाडे लई ले आए ने ऑटो एक्सपो 2024 जिस विच तुहानूं मिलणगीआं लग्जरी कारां बाइक्स किड जोन आकर्षक तोहफे फूड कोर्ट लाइव परफॉर्मेंसेस फ्री मेहंदी ते नेल आर्ट हुई दोपहर 12 तो 8 बजे तक पहुंचो जरूर ऑटो एक्सपो 2024 एसोसिएट स्पॉन्सर अडानी गैस एंटरटेनमेंट पार्टनर मिर्ची एंड गाना। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।